ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਬੜੀ ਦੁੱਖਦਾਈ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਘਰ ਦੇ ਵਿੱਚ ਬੁਲਾਉਂਦੀ ਸੀ ਗੈਰ ਮਰਦ ਪਤੀ ਨੇ ਕੁਹਾੜੀ ਨਾਲ ਵੱਢ ਸੁੱਟੀ ਪਤਨੀ ਪੂਰੀ ਜਾਣਕਾਰੀ ਦੇ ਲਈ ਪੂਰੀ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬਰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਦੋ ਕਮਰਿਆਂ ਵਾਲੇ ਛੋਟੇ ਜਿਹੇ ਘਰ ਵਿੱਚ ਪਤੀ ਤੇ ਪਤਨੀ ਦੀ ਅਤੇ ਉਸ ਦੀ ਪਤਨੀ ਜ਼ਿੰਦਗੀ ਬਤੀਤ ਕਰਦੇ ਸੀ ਪਰ ਉਹਨਾਂ ਦੇ ਘਰ ਵਿੱਚ ਇੱਕ ਤੀਜਾ ਬੰਦਾ ਆਇਆ ਜਿਸ ਤੋਂ ਬਾਅਦ ਅੱਗੇ ਜੋ ਹੋਇਆ ਉਸ ਨੇ ਪੂਰੇ ਪਿੰਡ ਨੂੰ ਸੋਚਾਂ ਵਿੱਚ ਪਾ ਦਿੱਤਾ ਖੌਫनाक ਕਹਾਣੀ ਨੂੰ ਪੂਰੀ ਸੁਣਨ ਦੇ ਲਈ ਬਣੇ ਰੋਸੋ ਗਵਾਂਡੀਆਂ ਦੇ ਰਿਸ਼ਤੇਦਾਰਾਂ ਦੇ ਮੁਤਾਬਕ ਬੰਦੇ ਦੀ ਘਰ ਵਾਲੀ ਦਾ ਕਿਸੇ ਗੈਰ ਮਰਦ ਨਾਲ ਸੰਬੰਧ ਸੀ ਤੇ ਉਹ ਬੰਦਾ ਉਸ ਨੂੰ ਰਾਤ ਨੂੰ ਮਿਲਣ ਲਈ ਆਉਂਦਾ ਸੀ ਤੇ ਘਰ ਵਾਲਾ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਜਿਸ ਤੋਂ ਬਾਅਦ ਘਰ ਦੇ ਵਿੱਚ ਕਲੇਸ਼ ਰਹਿਣ ਲੱਗਾ ਬੀਤੀ ਰਾਤ ਬੰਦੇ ਨੇ ਆਪਣੀ ਘਰਵਾਲੀ ਨਾਲ ਅਜਿਹਾ ਕਾਰਾ ਕਰ ਦਿੱਤਾ ਹੱਸ ਦਾ ਵਸਤਾ ਕਰ ਮਿੰਟਾਂ ਚ ਉੱਜੜ ਗਿਆ ਤੜਕਸਾਰ ਪੂਰਾ ਆਂਡ ਗਵਾਂਡ ਘਰ ਦੇ ਵਿੱਚ ਇਕੱਠਾ ਹੋ ਗਿਆ ਮੀਡੀਆ ਨੂੰ ਜਾਣਕਾਰੀ ਦਿੱਤੀ ਗਵਾਂਢੀ ਔਰਤਾਂ ਨੇ ਜੋ ਦੱਸਿਆ ਸੁਣ ਕੇ ਤੁਹਾਡਾ ਦਿਲ ਦਹਿਲ ਜਾਵੇਗਾ ਔਰਤਾਂ ਨੇ ਦੱਸਿਆ ਕਿ ਘਰ ਵਾਲੇ ਨੇ ਆਪਣੀ ਘਰਵਾਲੀ ਨੂੰ ਮੋਕਾ ਦਿੱਤਾ ਹੈ ਉਹ ਵੀ ਕਹਾੜੀ ਦੇ ਨਾਲ ਵੱਢ ਕੇ ਟੋਟੇ ਕਰ ਦਿੱਤੇ ਨੇ ਪੁਲਿਸ ਜਾਂਚ ਦੇ ਵਿੱਚ ਜੁਟਿਆ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮ੍ਰਿਤਕ ਔਰਤ ਦੇ ਪੇਕੇ ਪਰਿਵਾਰ ਤੋਂ ਉਸਤੇ ਪ੍ਰਾ ਆ ਰਹੇ ਨੇ ਤੇ ਉਹਨਾਂ ਦੇ ਬਿਨਾ ਆਧਾਰ ਤੇ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਖੈਰ ਨਾਜਾਇਜ਼ ਸਬੰਧਾਂ ਦੇ ਕਾਰਨ ਇੱਕ ਮੈਂਟ ਦੇ ਵਿੱਚ ਵੱਸਦਾ ਹੱਸਦਾ ਘਰ ਜਿਹੜਾ ਉਜੜ ਗਿਆ ਸੋ ਦੋਸਤੋ ਤੁਹਾਨੂੰ ਵੀ ਬੇਨਤੀ ਹੈ ਆਪਣੇ ਜੀਵਨ ਸਾਥੀ ਦੇ ਪ੍ਰਤੀ ਇਮਾਨਦਾਰ ਰਹੋ ਤਾਂ ਕਿ ਅਜੇ ਹੀ ਨੌਪਤਨਾ ਆਵੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸੋ ਧੰਨਵਾਦ